Euzubillahimineşşeytanirracim. Bismillahirrahmanirrahim. Brotherane Trikot Bandaye Naçiz Khadim-e Astane-i Aliye Chura Sharif Darja be Darja Tamam Buzurgon Aziza Azizon Jahan 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 Tak Meri Awaz Jati Hai Sab Ki Khidmat Mein Salam Arz Karta Hoon Assalamu Alaikum Wa Rahmatullahi Wa Barakatuh Aslatu Assalamu Alaika Ya Rasulullah Aslatu Assalamu Alaika Ya Rasulullah Ya Habibullah Ya Rasulullah Ya Habibullah Ya Rasulullah Ya Habibullah Ya Rasulullah Sallallahu Alaihi Wasallam Braderane Trikot Baat Ye Hai Aankho Ke Khana Raj Nahi Hunda Aankho Ke Khana Raj Nahi Hunda Nanga Pinda Kaj Nahi Hunda Ali Da Munkar Kaabe Jave Phera Da Hunda Par Haj Nahi Hunda Aa Na Chunni Si Na Chagge Si Na Chunni Si Na Chagge Si ਨਾ ਕਾਲੇ ਦੀ ਨਾ ਬੱਗੇ ਜੀ ਪੀਰ ਪਿੰਜਰ ਸੁਣ ਗੱਲ ਕੀਤੀ 17 ਮਈ 2021 ਤੋਂ ਅੱਗੇ ਦੀ ਔਰ ਜਿਹੜੀ ਗੱਲ ਕੀਤੀ 17 ਮਈ 2021 ਤੋਂ ਅੱਗੇ ਦੀ ਉਹ ਜ਼ਰਾ ਗੌਰ ਨਾਲ ਹੁਣ ਸੁਣੋ ਕਿਆਮਤ ਟੁੱਟਣੇ ਲਈ ਕਿਆਮਤ ਕਿਆਮਤ ਭਾਰਤ ਤੇ ਕਿਆਮਤ ਬਰਪਾ ਹੋਣੇ ਲਈ ਔਰ ਇੱਕ ਚੀਜ਼ ਤੁਹਾਨੂੰ ਹੋਰ ਵੀ ਦੱਸਾਂ ਮਕਬੂਜ਼ਾ ਕਸ਼ਮੀਰ ਅੰਦਰ ਗੋਰੀਲਾ ਜੰਗ ਸ਼ੁਰੂ ਹੋਣੇ ਲਈ ਗੋਰੀਲਾ ਜੰਗ ਉਸੇ ਬਾਂਦਰੀ ਵਿੱਚ ਉਸ ਬਹੁਤ ਸਾਰੀ ਇੰਡੀਆ ਦੀ ਜਿਹੜੀ ਫੌਜ ਹੈਗੀ ਉਸ ਨੂੰ ਪਕੜ ਕੇ ਗ੍ਰਿਫਤਾਰ ਕਰਕੇ ਬਹੁਤ ਸਾਰੇ ਮੰਨਾ ਤੁੰਦੇ ਨੇਕ ਬੰਦੇ ਦਰਿਆਏ ਜੇਲੋ ਵਿੱਚ ਪਾਣੀਆਂ ਵਿੱਚ ਇਤਨੇ ਬੰਦੇ ਪਾਣੀਆਂ ਵਿੱਚ ਮੈਨੂੰ ਤਰਦੇ ਨਜ਼ਰ ਆਉਂਦੀਆਂ ਉਹਨਾਂ ਦੀਆਂ ਲਾਸ਼ਾਂ ਤਰਦੀਆਂ ਨਜ਼ਰ ਆਉਂਦੀਆਂ ਭਾਰਤੀ ਜਿਹੜੇ ਫੌਜੀ ਹੈਗੇ ਮਕਬੂਜ਼ਾ ਵਾਦੀ ਅੰਦਰ ਕੋਈ ਉਹਨਾਂ ਨੂੰ ਗੋਰੀਲੇ ਛਿੱਕ ਕੇ ਅੰਦਰ ਜੰਗਲੀ ਲੈ ਜਾ ਸਨ ਮਾਰ ਕੇ ਕਤਲ ਕਰਕੇ ਹੈ ਉਹਨਾਂ ਨੂੰ ਚੁੱਕ ਕੇ ਦਰਿਆ ਵਿੱਚ ਪਾ ਦੇ ਸਨ ਇਹ ਦਰਿਆ ਅੰਦਰ ਲਾਸ਼ਾਂ ਤੁਸਾਂ ਲਾਸ਼ਾਂ ਤਰਦੀਆਂ ਨਜ਼ਰ ਆਸਨ ਜਿਹੜੀ ਗੱਲ ਆਖਦਾ ਪਿਆ ਆ ਤਬਾਹੀ ਫਿਰਨੇ ਵਾਲੀ ਏ ਔਰ ਗਰੀਲਾ ਜੰਗ ਸ਼ੁਰੂ ਹੋਣੇ ਵਾਲੀ ਏ ਔਰ ਉਧਰੋਂ ਜਿਹੜੀ ਗੱਲ ਤੁਹਾਨੂੰ ਮੈਂ ਇੱਕ ਹੋਰ ਵੀ ਤੁਹਾਡੇ ਨਾਲ ਕਰ ਛੋੜਾਂ ਆ ਸਕਰਦੂ ਤੋਂ ਲੈ ਕੇ ਲੱਦਾਖ ਤੱਕ ਅੱਲਾ ਦੇ ਹੁਕਮ ਨਾਲ ਨਬੀ ਦੀ ਦੁਆ ਨਾਲ ਔਰ ਸਰਕਾਰ ਗੌਂਸ ਬਾਗ ਦੀ ਨਿਗਾਹ ਨਾਲ ਮੈਂ ਕਾਰਗਲ ਫਿਰ ਹੋਣੇ ਵਾਲਾ ਭਾਰਤੀ ਨਸਦਿਆਂ ਨਜ਼ਰ ਹੀ ਨਹੀਂ ਆਉਣ ਜਿਹੜੇ ਪੋੜ ਕੇ ਖੜ ਸਨ ਇੱਕ ਇੱਕ ਝਟਕੇ ਚ ਉਹਨਾਂ ਦੀ ਗਰਦਨ ਲਾ ਸਨ ਇੰਜ ਰੱਖ ਕੇ ਇੱਕ ਝਟਕੇ ਚ ਉਹਨਾਂ ਦੀ ਗਰਦਨ ਲਾ ਸਨ ਜਿਹੜਾ ਇੱਕ ਝਟਕੇ ਜਿਹੜਾ ਗਰਦਨ ਲਾ ਸੀ ਉਹ ਇਨਾਮ ਦੇ ਕਾਬਲ ਹੋ ਸੀ ਔਰ ਜਿਹੜੀ ਦੂਸਰੀ ਗੱਲ ਤੁਹਾਡੇ ਨਾਲ ਕਰਨੀ ਚਾਹੁੰਦਾ ਉਹ ਵੀ ਜ਼ਰਾ ਗੌਰ ਨਾਲ ਸੁਣ ਕੇ ਨੂੰ ਜਿਹੜਾ ਚੀਨ ਜ਼ਰਾ ਇੱਕ ਢਿੱਲਾ ਪਿਆ ਦਾ ਢਿੱਲੇ ਮਾਮਲਾਤ ਇਹ ਢਿੱਲੇ ਮਾਮਲਾਤ ਨਹੀਂ ਚੱਲਦੇ ਨੇ ਸਦਰੇ ਚੀਨ ਇਹ ਢਿੱਲੇ ਮਾਮਲਾਤ ਨਹੀਂ ਚੱਲਦੇ ਨਾ ਇਹ ਪੋਲਿਸੀ ਨਹੀਂ ਚੱਲਦੀ ਇਸ ਨਾਲ ਸੁਪਰ ਪਾਵਰੀ ਨਹੀਂ ਕਿਨਣ ਹੁੰਦੀ ਆਦਮ ਅਲੈ ਸਲਾਮ ਦੀ ਔਲਾਦ ਹੈ ਐਂ ਛਿੱਕੇ ਹਰ ਚੀਜ਼ ਨੋਚ ਕੇ ਛਿੱਕੇ ਇਹ ਅਮੈਰੀਕਾ ਦੇ ਉਸਮ ਦੇ ਕੱਟ ਕੇ ਸੁਪਰ ਪਾਵਰੀ ਇਸ ਲਈ ਤੂੰ ਕੱਟ ਸਕਦੇ ਅਗਰ ਤੁਹਾਡੇ ਮਾਮਲਾਤ ਇਹ ਜ਼ਰਾ ਥੋੜ੍ਹਾ ਜਿਹਾ ਇੱਥੇ ਸਟੈਂਡ ਲੈ ਲਵੇ ਸਾਰੇ ਮੁਲਕ ਤੇਰੇ ਨਾਲ ਇੱਥੇ ਝੁਕਣੇ ਦਾ ਕੰਮ ਨਹੀਂ ਇੱਥੇ ਸਿਰ ਝੁਕਣੇ ਦਾ ਕੰਮ ਹੈ ਚੁੱਕੇ ਕੰਮ ਰੱਖ ਉਹ ਜਿਹੜੇ 6 ਮਿਜ਼ਾਈਲ ਲਾਏ ਦੇ ਨਹੀਂ 2-1 ਸੱਟ ਦੇ ਜਾਇਲੀ ਮਦਦ ਆ ਕੇ 2-1 ਮਿਜ਼ਾਈਲ ਸੱਟ ਦੇ ਸਾਡੀ ਵੀ ਮੇਗ ਅਲਾਖੀ ਦੀ ਔਰ ਜਿਹੜੀ ਗੱਲ ਆਖੀ ਪਾਕਿਸਤਾਨ ਚੀਨ ਕੀ ਸ਼ਾਹਰਗਾ ਚੀਨ ਆਪਣੀ ਸ਼ਾਹਰਗ ਨਹੀਂ ਕੱਟਣ ਦੇਗਾ ਇਹ ਸਾਰੇ ਬਾਰ ਅਮਰੀਕਾ ਇਲਤਜਵਾ ਕੀਤੀਆਂ ਨਹੀਂ ਏਅਰਪੋਰਟ ਵਾਸਤੇ ਸਾਨੂੰ ਏਅਰਪੋਰਟ ਦੇ ਦਿਓ ਇਹ ਲਾ ਏਅਰਪੋਰਟ ਇੱਕ ਮਨਸਰੀ ਵਾਲਾ ਦੇ ਦਿਓ ਇੱਕ ਇੱਧਰ ਹੋਰ ਦੂਸਰਾ ਏਅਰਪੋਰਟ ਹੈ ਉਹ ਦੇ ਦਿਓ ਔਰ ਕਿਸ ਵਾਸਤੇ ਸੀ ਪੈਕ ਵਾਸਤੇ ਔਰ ਕਿਸ ਵਾਸਤੇ ਏਟਮੀ ਜਿਹੜੇ ਸਾਡੇ ਹਥਿਆਰ ਨੇ ਉਹਨਾਂ ਵਾਸਤੇ ਔਰ ਪਾਕਿਸਤਾਨ ਦੀ ਜਿਹੜੀ ਫੌਜ ਹੈਗੀ ਉਸ ਉੱਪਰ ਅਸੀਂ ਨਜ਼ਰ ਰੱਖੀਏ ਇਹ ਉੱਥੋਂ ਕਾਬਲ ਵਿੱਚੋਂ ਤਾਂ ਨਿਕਲ ਕੇ ਆ ਗਏ ਹੈ ਕਾਬਲ ਵਿੱਚੋਂ ਅਫਗਾਨਿਸਤਾਨ ਵਿੱਚੋਂ ਨਿਕਲ ਕੇ ਆ ਗਏ ਇਹ ਹਵਾ ਵਿੱਚ ਇਹਦੀ ਫੌਜ ਖੜੀ ਹੈ ਉਹਨਾਂ ਉਧਰ ਜਾਣਾ ਵੀ ਨਾ ਇੱਧਰ ਜਾਣਾ ਸੀ ਇਸਦੀ ਮਰਜ਼ੀ ਇਹ ਹੈਗੀ ਕਿ ਮੈਨੂੰ ਸ਼ਮਸੀ ਏਅਰਪੋਰਟ ਦਿੱਤਾ ਜਾਵੇ ਜਾਂ ਮੈਨੂੰ ਦੂਸਰੇ ਨੰਬਰ ਉੱਪਰ ਮੈਨੂੰ ਮਨਸੇਰੇ ਹਜ਼ਾਰੇ ਵਾਲਾ ਜ਼ਿਲ੍ਹਾ ਹਜ਼ਾਰਾ ਕਿਹੜੀ ਜੀਓ ਸ਼ੁਰੂ ਹੁੰਦਾ ਕਿੱਥੇ ਤੁਹਾਡੀ ਕਾਲੇ ਪਹਾੜਾਂ ਤੱਕ ਜ਼ਿਲ੍ਹਾ ਹਜ਼ਾਰਾ ਮੈਨੂੰ ਇਹ ਹਜ਼ਾਰੇ ਵਾਲਾ ਏਅਰਪੋਰਟ ਵੀ ਦਿੱਤਾ ਜਾਵੇ ਸ਼ਮਸੀ ਏਅਰਪੋਰਟ ਵੀ ਦਿੱਤਾ ਜਾਵੇ ਮੈਂ ਆਪਣੀਆਂ ਫੌਜਾਂ ਇੱਥੇ ਰੱਖ ਕੇ ਨਾ ਪਾਕਿਸਤਾਨ ਤੁਹਾਨੂੰ ਏਅਰਪੋਰਟ ਨਾ ਦੇਸੀ ਤੂੰ ਏਅਰਪੋਰਟ ਇਸ ਵਾਸਤੇ ਮੰਗਣੇ ਜਿਹੜੇ ਸਾਡੇ ਹਥਿਆਰ ਹੈਗੇ ਏਟਮੀ ਅਸਲਾ ਔਰ ਚੀਨ ਵਾਸਤੇ ਔਰ ਇੱਧਰ ਸੀ ਪੈਕ ਵਾਸਤੇ
ਹੈ ਅਸੀਂ ਆਪਣੇ ਹੱਥੋਂ ਆਪਣੀ ਸ਼ਾਰਾ ਕੱਢ ਦਈਏ ਸਾਡੇ ਦਿਮਾਗ ਨਹੀਂ ਹੈ ਨਹੀਂ ਹੈ ਸਾਨੂੰ ਤੂੰ ਬਦ ਦਿਮਾਗ ਸਮਝਨੇ ਸਾਡਾ ਦਿਮਾਗ ਕੋਈ ਖਾ ਗਿਆ ਨਾ ਕੋਈ ਖਿਆਲ ਤਾਂ ਕਰ ਕੋਈ ਏਅਰਪੋਰਟ ਛੋਟ ਨਹੀਂ ਦਿੰਦਾ ਤੈਨੂੰ ਇਨਸ਼ਾਅੱਲਾ ਕਿਆਮਤ ਤੱਕ ਮਰ ਗਏ ਮਰਦੂਦ ਨਫਾ ਦੇ ਨਾ ਦਰੂਦ ਇਹ ਸਾਰੀ ਜਿਹੜੀ ਅੱਗ ਲੱਗੀ ਦੀ ਇਹ ਜਿਹੜੀ ਅੱਗ ਲੱਗੀ ਦੀ ਫਲਸਤੀਨ ਵਿੱਚ ਆ ਮਸ਼ਕਰੇ ਵਸਤਾ ਵਾਸਤੇ ਕਿਬਲਾ ਅਵਲ ਵਾਸਤੇ ਇਹ ਸਾਰੀ ਅੱਗ ਤੂੰ ਲਾਈ ਦੀ ਤੂੰ ਅਮੈਰੀਕਾ ਤੂੰ ਲਾਈ ਦੀ ਸਾਡੇ ਚੰਗੇ ਚੰਗੇ ਤੂੰ ਨੌਜਵਾਨ ਲੈ ਗਏ ਸਦਾਮ ਹੁਸੈਨ ਨੂੰ ਲੋਕ ਅੱਜ ਵੀ ਯਾਦ ਕਰਦੇ ਉਸਨੂੰ ਤੂੰ ਮਾਰਿਆ ਤੂੰ ਫਾਂਸੀ ਲਾਇਆ ਤੂੰ ਉਸਨੂੰ ਜਾੜਿਆ ਇਰਾਕ ਤੂੰ ਉਜਾੜਿਆ ਇਰਾਕ ਤੂੰ ਉਜਾੜਿਆ ਬਾਰ ਬਾਰ ਸਰਕਾਰ ਖਾਸ ਪਾਕ ਸੁਣੋ ਵਸਾਇਆ ਤੂੰ ਉਜੜ ਸੈ ਤੈਨੂੰ ਵਸਾਉਣੇ ਵਾਲਾ ਕੋਈ ਨਹੀਂ ਕੋਈ ਵੀ ਨਹੀਂ ਇਹ ਮੇਰੀ ਗੱਲ ਯਾਦ ਰੱਖੀ ਇਰਾਕ ਬਾਰ ਬਾਰ ਉਜੜਿਆ ਸਰਕਾਰ ਖਾਸ ਪਾਕ ਸੁਣ ਬਾਰ ਬਾਰ ਆਬਾਦ ਕੀਤਾ ਅਮੈਰੀਕਾ ਇੱਕ ਹੀ ਦਫਾ ਉਜੜ ਸੀ ਆਬਾਦ ਨਹੀਂ ਹੁਣ ਲਗਾ ਉਹ ਇਸ ਵਾਸਤੇ ਉੱਥੇ ਕੋਈ ਗੌਂਸ ਪਾਕ ਨਹੀਂ ਕੋਈ ਅੱਲਾਹ ਦਾ ਵਲੀ ਨਹੀਂ ਔਰ ਜਿਹੜੀਆਂ ਸੀ ਨਾ ਅਜ਼ਰਬਾਈਜਾਨ ਦੀਆਂ ਜਿਹੜੀਆਂ ਫੌਜਾਂ ਉਹਦੇ ਜਿਹੜੇ ਕਮਾਂਡੋ ਸਨ ਉਹ ਦਾਖਲ ਹੋ ਗਏ ਨਹੀਂ ਫਲਸਤੀਨ ਦੇ ਜਿਹੜੀਆਂ ਗਾਰਾਂ ਗਈਆਂ ਉਹਨਾਂ ਵਿੱਚ ਔਰ ਜਿਹੜੇ ਸ਼ਾਮ ਨੇ ਜਿਹੜੇ ਕਮਾਂਡਰ ਸ਼ਾਹੀ ਕਮਾਂਡੋ ਉਹ ਵੀ ਦਾਖਲ ਹੋ ਗਏ ਨਹੀਂ ਅਜ਼ਰਬਾਈਜਾਨੀ ਬੇਸ਼ੁਮਾਰ ਫੌਜ ਜਿਹੜੀ ਹੈਗੀ ਉਹ ਉਹਨਾਂ ਦੀ ਮਦਦ ਵਾਸਤੇ ਫਲਸਤੀਨੀਆਂ ਦੀ ਮਦਦ ਵਾਸਤੇ ਜਾ ਚੁੱਕੇ ਇਨਸ਼ਾਅੱਲਾ ਫਤਿਹ ਫਲਸਤੀਨੀਆਂ ਦੀ ਉਹ ਸੀ ਇਹ ਜਿਹੜਾ ਅਬਲੀਸ ਹੈਗਾ ਨਾ ਅਬਲੀਸ ਇਹ ਜਿਹੜਾ ਅਬਲੀਸ ਹੈਗਾ ਜੰਨਤ ਵੀ ਡੇਰਾ ਲਾਇਆ ਦਾ ਸੀ ਇਸਦਾ ਜਿਹੜਾ ਬਿਸਤਰਾ ਸੀ ਜੰਨਤ ਵਿੱਚ ਸੀ ਇਹ ਜਿਤਨੇ ਫਰਿਸ਼ਤੇ ਗਏ ਉਹਨਾਂ ਦਾ ਮਨੀਡਰ ਸੀ ਉਹਨਾਂ ਦਾ ਇਮਾਮ ਸੀ ਉਹਨਾਂ ਨੂੰ ਅੱਲਾਹ ਦੀਆਂ ਗੱਲਾਂ ਸੁਣਾਉਂਦਾ ਸੀ ਅੱਲਾਹ ਦੀ ਸ਼ਾਨ ਬਿਆਨ ਕਰਦਾ ਸੀ ਜਿਸਲੇ ਜਾਂਦਾ ਸੀ ਜੰਨਤ ਅੰਦਰ ਐਂ ਖੁੱਲ੍ਹਾ ਡੁੱਲਾ ਆਵੇ ਜਾਵੇ ਐਂ ਕੋਈ ਮਨਾ ਨਹੀਂ ਆ ਕੇ ਝੂਲੇ 'ਤੇ ਬਹਿ ਜਾਵੇ ਐਂ ਫਰਿਸ਼ਤੇ ਇਸਦਾ ਝੂਲਾ ਜਲਾਉਂਦੇ ਸਨ ਫਿਰ ਕਹਿੰਦਾ ਸੀ ਆਓ ਹਾਂ ਅੱਲਾਹ ਕੀ ਬਾਤੇ ਕਰਤੇ ਅੱਲਾਹ ਕੀ ਤੋਹੀਦ ਬਿਆਨ ਕਰਤੇ ਹੈ ਆਓ ਅੱਲਾਹ ਕੀ ਬਾਤੇ ਕਰਤੇ ਆਓ ਮੈਂ ਅੱਲਾਹ ਕੀ ਬਾਤੇ ਆਪਕੋ ਬਤਾਊਂ ਫਿਰ ਕਿਨ ਕੇ ਨਾ ਬਹਿ ਜਾਂਦਾ ਸੀ ਫਿਰ ਤਕਰੀਰ ਖੜਕਾਉਂਦਾ ਸੀ ਫਿਰ ਤਕਰੀਰ ਖੜਕਾਉਂਦਾ ਸੀ ਮੈਂ ਜਿਹੜੀ ਗੱਲ ਤੁਹਾਡੇ ਪੱਲੇ ਪਾਉਣਾ ਚਾਹੁੰਦਾ ਜ਼ਰਾ ਗੌਰ ਨਾਲ ਸੁਣ ਲਓ ਫਾਇਦੇ ਵਾਲੀ ਗੱਲ ਹੈ ਇਹ ਸਾਰਾ ਦਿਨ ਅੱਗੇ ਪਿੱਛੇ ਰਾਤ ਦਿਨ ਅੱਲਾਹ ਦੀ ਯਾਦ ਵੀ ਚੱਪੇ ਅਤੇ ਕੋਈ ਜਗ੍ਹਾ ਐਸੀ ਨਹੀਂ ਹੈਗੀ ਜਿਸ ਜਗ੍ਹਾ 'ਤੇ ਇਸ ਇਬਾਦਤ ਨਾ ਕੀਤੀ ਦੀ ਹੋਵੇ ਹਰ ਜਗ੍ਹਾ 'ਤੇ ਹਰ ਘੜੀ ਹਰ ਪਲ ਇਹ ਅੱਲਾਹ ਦੀ ਇਬਾਦਤ ਵਿੱਚ ਮਸਰੂਫ ਰਹਿੰਦਾ ਸੀ ਇਹ ਅਬਲੀਸ ਇਹ ਸਾਰਿਆਂ ਫਰਿਸ਼ਤਿਆਂ ਦਾ ਮਨੀਡਰ ਸੀ ਅੱਲਾਹ ਤਾਲਾ ਸੁਣ ਤੱਕਿਆ ਇਹ ਹਰ ਵੇਲੇ ਇਹਨਾਂ ਸਾਰਿਆਂ ਨੂੰ ਇੰਝ ਕਲਾਸਾਂ ਦੇਣਾ ਰਹਿੰਦਾ ਅੱਗੇ ਪਿੱਛੇ ਦਈਏ ਵੋ ਅੱਲਾਹ ਤਾਲਾ ਸੁਣ ਇੱਕ ਦਿਨ ਨਬੀ ਅਲੈਹਿ ਸਲਾਤੁ ਵਸਲਾਮ ਨਾਲ ਜਿਹੜਾ ਰੂਹ ਅਸੀਂ ਨੂਰ ਸਾ ਨਾ ਜਿਹੜਾ ਨੂਰ ਉਹ ਆਦਮ ਅਲੈਹਿ ਸਲਾਮ ਨੇ ਪਿਸ਼ਾਨੀ 'ਤੇ ਰੱਖਿਆ ਸੀ ਪਿਸ਼ਾਨੀ 'ਚ ਰੱਖਿਆ ਦਾ ਸੀ ਮੇਰੇ ਅੰਮਾ ਜੀ ਔਰ ਹੈ ਸਾਡੇ ਘਰ ਕੋਈ ਮਹਿਮਾਨ ਆ ਰਹੇ ਮਾਂ ਬੜੀ ਚੰਗੀ ਚੀਜ਼ ਹੁੰਦੀ ਹੈ ਫੋਨ ਵਾਸਤੇ ਕੋਈ ਕਾਰਡ 100 ਰੁਪਏ ਜਾਇਜ਼ਾ ਲੈਣਾ ਹੋਵੇ ਐਂ ਦਾਣੇ ਛਾਣੇ ਦੇ ਛੁੜਨੀ 100 ਰੁਪਏ ਦੇ ਦਾਣੇ ਛਾਣੇ ਦੇ ਦਿੰਦੀ ਹੈ ਉਹ ਉਸਲੇ ਮੈਨੂੰ ਐਂ ਜਾ ਮੇਰੀ ਝੋਲੀ ਦਾਣੇ ਪਾਏ ਕਹਿਣੇ ਜਾ ਪੁੱਤਰ ਇਸ ਸੋਡੇ ਦੀ ਬੋਤਲ ਵੀ ਲਿਆ ਨਾਲ ਮੇਰੇ ਵਾਸਤੇ ਸਿਗਰਟ ਵੀ ਲਿਆ ਨਾਲ ਆਪਣੇ ਖਾਣ ਪੀਣ ਵਾਸਤੇ ਵੀ ਕੁਝ ਲੈ ਆਈ ਦਾਣੇ ਪਾ ਦਿੱਤੇ ਨਾ ਬੇਕੁਲ ਛਪਾ ਕੇ ਉਹ ਸੋਡੇ ਦੀ ਬੋਤਲ ਆਉਂਦੀ ਮੈਂ ਐਂ ਕਰਕੇ ਦੰਦਾਂ ਥੱਲੇ ਐਂ ਟਰੱਕ ਖੋਲ੍ਹੀ ਤਾਂ ਮੈਂ ਐਂ ਪੇਸ਼ ਕੀਤੀ ਉਹ ਜਿਹੜਾ ਪਰਾਉਣਾ ਸੀ ਨਾ ਮੈਨੂੰ ਆਖਣਾ ਕਹਿਣਗੇ ਜੀ ਸ਼ਬੀਰ ਸਾਹਿਬ ਮੈਂ ਆਖਿਆ ਜੀ ਕਹਿਣਾ ਜੀ ਜ਼ਰਾ ਥੋੜ੍ਹਾ ਸੀ ਲੂਣ ਪਾਓ ਮੈਂ ਇੰਝ ਲੂਣ ਨਿਮਕ ਲੂਣ ਹਾਂ ਮੈਂ ਥੋੜ੍ਹਾ ਜਿਹਾ ਨਿਮਕ ਪਾਇਆ ਹੈ ਸਾਰੀ ਬੋਤਲ ਬਾਹਰ ਅੱਧੀ ਉਸਦੇ ਕੱਪੜਿਆਂ ਦੇ ਕੋਈ ਥੋੜ੍ਹੀ ਮੇਰੇ ਕੱਪੜਿਆਂ ਦੇ ਸਾਰੇ ਬਾਹਰ ਜਿਸ ਵੇਲੇ ਕਿਸੇ ਦਾ ਅੰਦਰੋਂ ਬਾਹਰ ਕੱਢਣਾ ਹੋਵੇ ਕਿਸੇ ਵਿੱਚੋਂ ਅੰਦਰੋਂ ਬਾਹਰ ਕੁਝ ਕੱਢਣਾ ਹੋਵੇ ਬੋਤਲ ਦਾ ਅੰਦਰ ਬਾਹਰ ਕੱਢਣਾ ਹੋਵੇ ਨਿਮਕ ਪਾਈ ਦੀ ਹੈ ਕਿਸੇ ਦੀ ਟਿੱਪਰੀ ਟੈਟ ਕਰਨੀ ਹੋਵੇ ਸ਼ਰਸ਼ਰ ਅਬਲੀਸ ਦੇ ਲਾਣਤ ਪਾਈ ਦੀ ਲਾਣਤ ਉਹ ਨਬੀ ਅਲੈਹਿ ਸਲਾਤੁ ਵਸਲਾਮ ਸੁਣ ਉਹਨਾਂ ਦਾ ਨੂਰ ਅੱਲਾਹ ਪਾਕ ਸੁਣ ਆਦਮ ਅਲੈਹਿ ਸਲਾਮ ਦੀ ਪੇਸ਼ਾਨੀ ਅੰਦਰ ਰੱਖ ਦਿੱਤਾ ਹੈ ਉਹ ਜਿਹੜਾ ਸਾ ਨਾ ਸ਼ੈਤਾਨ ਉਸ ਵਿੱਚ ਉਸਦੇ ਉੱਤੇ ਲਾਣਤ ਪੈਣੀ ਸੀ ਜਿਹਲੇ ਨੂਰ ਰੱਖ ਦਿੱਤਾ ਤਾਂ ਕਹਿ ਦਿੱਤਾ ਜ਼ਰਾ ਸਹੀਦਾ ਕਰ ਕਹਿਣਾ ਜੀ ਮੈਂ ਨਹੀਂ ਕਰਦਾ ਆ ਕਿਉਂ ਆਏ ਮਿੱਟੀ ਦਾ ਆਇਆ ਤਾਂ ਮੈਂ ਆਖਦਾ ਆਏ ਮਿੱਟੀ ਦਾ ਆਇਆ ਮਿੱਟੀ ਦਾ ਤੂੰ ਆਖਦਾ ਹੱਕ ਆਖਦਾ ਕਿਉਂ ਨਹੀਂ ਕਰਦੇ ਕਹਿਣਾ ਜੀ ਮੇਰੀ ਕੋਈ ਅੱਲਾਹ ਦਾ ਮੇਰਾ ਆਪਣਾ ਅਕੀਦਾ ਹੈ ਆਪਣੀ ਤੋਹੀਦ ਹੈ ਕਹਿਣਾ ਉਹ ਕੀ ਤੇਰਾ ਅਕੀਦਾ ਹੋਏ ਕੇ ਤੇਰਾ ਅਕੀਦਾ ਹੈਗਾ ਕਿ ਤੇਰੀ ਤੋਹੀਦ ਹੈ ਹੈ ਕਿਸ ਨਾਲ ਗੱਲ ਕਰਨਾ ਪਏ ਚੱਲ ਤੂੰ ਲਾਣ ਦੀ ਇਹ ਮਰਦੂਦ ਹੈ ਚੱਲ ਦਫਾ ਹੋ ਜਾ ਮੇਰੀ ਬਾਰਗਾਹ ਵਿੱਚੋਂ ਨਿਕਲ ਜਾ ਅੱਲਾਹ ਤਾਲਾ ਸੁਣ ਮਰਦੂਦ ਬਣਾ ਕੇ ਸਭ ਤੋਂ ਵੱਡੀ ਅਦਾਲਤ ਸੁਣ ਲਾਣ ਦੀ ਕਰਕੇ ਆਪਣੀ ਅਦਾ ਆਪਣੀ ਬਾਰਗਾਹ ਵਿੱਚੋਂ ਕੱਢ ਦਿੱਤਾ ਉਹ ਜਿਹੜੇ ਬਾਕੀ ਸਾਰੇ ਫਰਿਸ਼ਤੇ ਸਨ ਉਹਨਾਂ ਸਾਰਿਆਂ ਸਜਦਾ ਕੀਤਾ
ਔਰ ਜਿਹੜੇ ਜਬਰੀਲ ਅਲੈਹਿਸ ਸਲਾਮ ਸਨ ਉਹਨਾਂ ਨੂੰ ਉਹਨਾਂ ਸੁਣ ਦੋ ਸਜਦੇ ਕੀਤੇ, ਦੋ ਸਜਦੇ ਕੀਤੇ ਨੂੰ ਨਾ ਰੱਬ ਸੁਣ ਪੁੱਛਿਆ, ਅੱਲਾ ਮੈਂ ਅੱਲਾ ਪਾਕ ਸੁਣ ਪੁੱਛਿਆ, ਆ ਜਬਰੀਲ ਮੈਂ ਇੱਕ ਸਜਦਾ ਆਖਿਆ ਸਾ ਤੂੰ ਦੋ ਕੀਤੇ ਨੇ, ਕਹਿਣਾ ਪਰਵਰਦਿਗਾਰ ਇੱਕ ਸਜਦਾ ਜਿਹੜਾ ਸਾ ਤਾਜ਼ੀਮੀ ਮੈਂ ਉਹ ਕੀਤਾ, ਦੂਆ ਜਿਹੜਾ ਸਜਦਾ ਮੈਂ ਕੀਤਾ ਮੈਂ ਸ਼ੁਕਰਾਨੇ ਦਾ ਕੀਤਾ, ਮੈਂ ਲਾਣਤੀ ਹੁਣੇ ਤੋਂ ਬਚ ਗਿਆ ਲਾਣਤੀ ਹੁਣੇ ਤੋਂ ਬਚ ਗਿਆ। ਇੱਕ ਗੱਲ ਮੇਰੀ ਯਾਦ ਰੱਖਿਓ, ਯਾਦ ਰੱਖਿਓ, ਇਹ ਜਿਸ ਤਰ੍ਹਾਂ ਇਹ ਬਲੀਸ ਦਾ ਬਾਹਰ ਕੱਢਣੇ ਵਾਸਤੇ, ਬੋਤਲ ਦਾ ਬਾਹਰ ਕੱਢਣੇ ਵਾਸਤੇ ਟਿਪਰੀ ਟੈਟ ਕਰਨੀ ਪੈਂਦੀ, ਇਹ ਅਮੈਰੀਕਾ ਦੀ ਔਰ ਇਸਰਾਈਲ ਦੀ ਟਿਪਰੀ ਵੀ ਟੈਟ ਹੋਣੇ ਵਾਲੀ, ਇਹਦਾ ਲਬਾਦਾ ਵੀ ਉਲਨੇ ਵਾਲਾ, ਇਹ ਜਿਹੜਾ ਲਬਾਦਾ ਤਾਕਤ ਦਾ ਹੀ ਓੜੇ ਵਾਲਾ, ਇਹ ਜਿਹੜਾ ਗਰੂਰ ਹੈਗਾ ਇਹ ਖਾਕ ਵਿੱਚ ਮਿਲਣੇ ਵਾਲਾ, ਇਨਸ਼ਾ ਅੱਲਾ ਮਿਲਣੇ ਵਾਲਾ।